ਫਖਰ ਦਮਾਨ ਦਾ ਗਾਰਡ ਹੁੰਦਾ ਈ ਹਰਾਣਾ ਬੇਸ਼ੁਮਾਰ ਹੁੰਦੀ ਓਏ ਤੇ ਵੀ ਦੁਰ ਫਿਟੇ ਦੀ ਤਦ ਹਰਾਣੇ ਦਾ ਮੂੰਹ ਵੇਖ ਲਓ ਉਮਰ ਅਕਮਲ ਗੁਰਬਤ ਤੋਂ ਤੰਗ ਆ ਕੇ ਸੌਂ ਗਿਆ ਹੁੰਦਾ ਅਸਲਾਮ ਵਾਲੇਕੁਮ ਨਾਜ਼ਰੀਨ ਪ੍ਰੋਗਰਾਮ ਬੋਲ ਗੱਪੇ 'ਚ ਖੁਸ਼ ਆਮਦੀਦ ਮੈਂ ਤੁਹਾਡਾ ਹੋਸਟ ਮੁਤਜ਼ਮ ਸ਼ਬੀਰ ਅਤੇ ਤੁਸੀਂ ਦੇਖ ਰਹੇ ਹੋ IMTV ਨਾਜ਼ਰੀਨ ਤੁਹਾਨੂੰ ਪਤਾ ਕਿ PSL ਸੀਜ਼ਨ 5 ਦਾ ਆਗਾਜ਼ ਥੋੜ੍ਹੇ ਦਿਨਾਂ ਤੋਂ ਬਾਅਦ ਹੋ ਜਾਣਾ ਵਾ ਅਤੇ ਮੀਡੀਆ ਦੀਆਂ ਖਬਰਾਂ 'ਚ ਸਭ ਤੋਂ ਜ਼ਿਆਦਾ ਰਹਿਣ ਵਾਲੀ ਟੀਮ ਲਾਹੌਰ ਕਲੰਦਰ ਲਾਹੌਰ ਕਲੰਦਰ ਦਾ PSL 'ਚ ਇੱਦਾਂ ਦਾ ਹਿਸਾਬ ਵੀ ਆ ਵੀ ਜਿੱਦਾਂ ਵਰਲਡ ਕੱਪ 'ਚ ਕੀ ਨਹੀਂ ਹੁੰਦੀ ਆ ਅਤੇ ਤੁਹਾਨੂੰ ਪਤਾ ਵਾ ਕਿ ਇਹਦੀ ਮਾਜ਼ੀ ਦੀ ਪਰਫੋਰਮੈਂਸ ਜਿਹੜੀ ਆ ਉਹ ਐਡੀ ਅੱਛੀ ਨਹੀਂ ਹੈ ਮੁਤਾਸਰ ਕੋਈ ਨਹੀਂ ਹੈ ਵਿਚਾਰੀ ਕਿਤੇ ਕਿਤੇ ਮੈਚ ਜਿੱਤਦੀ ਆ ਜਿੱਦਾਂ ਕਿ ਰੇਗਿਸਤਾਨ 'ਚ ਕਿਤੇ ਕਿਤੇ ਮੀਂਹ ਪੈ ਜਾਂਦਾ ਅਤੇ ਅਸੀਂ ਇਹਦੀ ਕਰੰਟ ਸਿਚੁਏਸ਼ਨ ਅਤੇ ਇਹਦੇ ਖਿਲਾੜੀਆਂ ਦੇ ਬਾਰੇ ਅਤੇ ਪਿੱਛੇ ਕੀ ਹੋਇਆ ਕਿਹੜੀ ਵਜ੍ਹਾ ਤੋਂ ਇਹ ਮੈਚ ਨਹੀਂ ਜਿੱਤ ਸਕੇ ਅੱਜ ਗੱਲ ਕਰਨ ਵਾਸਤੇ ਸਾਡੇ ਨਾਲ ਇਸ ਪ੍ਰੋਗਰਾਮ 'ਚ ਮੌਜੂਦ ਨੇ ਲਾਹੌਰ ਕਲੰਦਰ ਦੇ ਟੀਮ ਆਨਰ ਫਵਾਦ ਰਾਣਾ ਸਾਹਿਬ ਅਸਲਾਮ ਵਾਲੇਕੁਮ ਰਾਣਾ ਸਾਹਿਬ ਵਾਲੇਕੁਮ ਸਲਾਮ ਰਾਣਾ ਸਾਹਿਬ ਕੈਸੇ ਮਿਜ਼ਾਜ ਆ ਤੁਹਾਡੇ ਮਿਜ਼ਾਜ ਤੁਸੀਂ ਦੇਖਦੇ ਪਏ ਹੋ ਲਾਹੌਰੀਏ ਜ਼ਿੰਦਾ ਦਿਲ ਨਹੀਂ ਤਾਂ ਫਿਰ ਐਡੇ ਜ਼ਿੰਦਾ ਦਿਲ ਆ ਤਾਂ ਫਿਰ ਜਿੱਤੇ ਕਿਉਂ ਨਹੀਂ ਕਦੀ ਨਹੀਂ ਜੀ ਉਹ ਬਸ ਮਾੜੀ ਤੰਗੀ ਹੁੰਦੀ ਰਹਿੰਦੀ ਆ ਇਹਦੇ ਵਿੱਚ ਕਿਹੜੀ ਗੱਲ ਆ ਬੰਦਿਆਂ ਨਾਲ ਹੀ ਮਾੜੀ ਤੰਗੀ ਹੁੰਦੀ ਆ ਇਹਦੇ ਵਿੱਚ ਕੀ ਆ ਰਾਣਾ ਸਾਹਿਬ ਮਾੜੀ ਚੰਗੀ ਇੱਕ ਕਹਾਵਤ ਆ ਤੁਹਾਡੇ ਨਾਲ ਨਿਰੀ ਮਾੜੀ ਬਸ ਜੀ ਕੀ ਕਰੀਏ ਜਦੋਂ ਹਾਲ ਮਾੜੇ ਹੋਣ ਕਿਸਮਤਾਂ ਮਾੜੀਆਂ ਹੋਣ ਤਾਂ ਕੀ ਕਰੇ ਬੰਦਾ ਤੁਸੀਂ ਖੇਡ ਲਓ ਮੇਰੇ ਵੱਲੋਂ ਐਡਾ ਤੁਹਾਨੂੰ ਚਾਅ ਚੜਿਆ ਆ ਜਾਓ ਬੜਿਆਂ ਬੜਿਆਂ ਨੇ ਖੇਡ ਕੇ ਦੇਖ ਲਿਆ ਰਾਣਾ ਸਾਹਿਬ ਕੁਛ ਵੀ ਨਹੀਂ ਬਣਿਆ ਸਵਾਏ ਰੋਣ ਤੋਂ ਤੁਹਾਡੇ ਨਸੀਬ 'ਚ ਕੁਛ ਵੀ ਨਹੀਂ ਕੋਈ ਗੱਲ ਨਹੀਂ ਚੰਗੀਆਂ ਬੰਦੀਆਂ ਨਾਲ ਨਾਲ ਹੀ ਰਹਿੰਦੀਆਂ ਨੇ ਫਿਰ ਕੀ ਗੱਲ ਹੋਈ ਚਲੋ ਸਭ ਤੋਂ ਪਹਿਲੇ ਅਸੀਂ ਤੁਹਾਡੇ ਨਾਲ PSL ਦੇ ਐਡੀਸ਼ਨ 1 ਦੀ ਗੱਲ ਕਰਾਂਗੇ ਜਦੋਂ ਟੀਮ ਤੁਹਾਡੀ ਆਈ ਅਤੇ ਲੋਕਾਂ ਨੇ ਪੰਜਾਬ ਦੇ ਵਿੱਚ ਤਾਂ ਖੁਸ਼ੀ ਦੀ ਲਹਿਰ ਹੀ ਦੌੜ ਗਈ ਪੰਜਾਬੀਆਂ ਨੇ ਕਿਹਾ ਸਾਡੀ ਆਨ ਸਾਡੀ ਸ਼ਾਨ ਲਾਹੌਰ ਕਲੰਦਰ ਇੱਦਾਂ ਕਿਹਾ ਨਾ ਹਾਂਜੀ ਹਾਂਜੀ ਅਤੇ ਕੀ ਵਜ੍ਹਾ ਹੋਈ ਕਿ ਤੁਸੀਂ ਐਡੇ ਅੱਛੇ ਪਲੇਅਰ ਲੈ ਕੇ ਵੀ ਅਤੇ ਹਾਰ ਜਾਂਦੇ ਕਦੀ ਕਿਤੇ ਮੈਚ ਜਿੱਤਦੇ ਹਾਂ ਦੱਸ ਦੀ ਕੀ ਕਰੀਏ ਕਿਸਮਤ ਮਾੜੀ ਸੀਗੀ ਪਹਿਲੀ ਵਾਰੀ ਬੜੀ ਚੰਗੀ ਟੀਮ ਅਸੀਂ ਖਰੀਦੀ ਮੈਨੂੰ ਇੱਕ ਬੰਦੇ ਨੇ ਆਖਿਆ ਕਿ ਉਹ ਜਿਹੜੀ ਛੱਕੇ ਮਾਰਨ ਵਾਲੀ ਬਲਾ ਨਹੀਂ ਉਹਦੇ ਲਈ ਆਖਰੀ ਵਾਲੀ ਬਲਾ ਉਹ ਜਿਹਨੂੰ ਦੇਖ ਕੇ ਤਾਂ ਬੰਦਾ ਐਤਲ ਕੁਰਸੀ ਪੜ੍ਹ ਲਾ ਪੈਂਦਾ ਉਹ ਵਾਲੀ ਬਲਾ ਤੁਸੀਂ ਉਹ ਬੱਤੀਆਂ ਵਾਲਾ ਚੁੱਲ੍ਹਾ ਅੱਛਾ ਅੱਛਾ ਕ੍ਰਿਸ ਗੇਲ ਹਾਂਜੀ ਅੱਛਾ ਉਹ ਬੱਤੀਆਂ ਵਾਲਾ ਚੁੱਲ੍ਹਾ ਮੈਨੂੰ ਆਖਿਆ ਸੀਗਾ ਭਾਈ ਉਹ ਛਿੱਕੇ ਮਾਰਦਾ ਧੌਣ ਹੀ ਇੱਥੇ ਰਹਿੰਦੀ ਹੈ ਅੱਛਾ ਪਰ ਉਹਦੀ ਲਿਸਟ ਵਿੱਚ ਜਿੰਨੇ ਆਂਡੇ ਸੀਗੇ ਤੋਬਾ ਯਾ ਅੱਲਾ ਉਹ ਤੇ ਬਹੁਤ ਹੀ ਬੁਰਾ ਖੇਲਦਾ ਸੀਗਾ ਤੇ ਤੁਸੀਂ ਫਿਰ ਅੰਨੇ ਸੀਗੇ ਦੂਜੇ ਐਡੀਸ਼ਨ 'ਚ ਉਹਨੂੰ ਕਿਉਂ ਲਿਆ ਮੈਂ ਉਹਨੂੰ ਕਿੱਥੋਂ ਲਿਆ ਉਹਨੂੰ ਤਾਂ ਖਿਲਾਇਆ ਨਹੀਂ ਦੂਸਰੇ ਐਡੀਸ਼ਨ 'ਚ ਉਹਨੂੰ ਲਿਆ ਹੀ ਨਹੀਂ ਹਾਂ ਸੱਚ ਉਹਦਾ ਕਜ਼ਨ ਸੀਗਾ ਕਿਹੜਾ ਨਰਾਇਣ ਨਾਰਾਇਣ ਐਸਾ ਉਹ ਪਨੌਤੀ ਪਾਇਆ ਗਿਆ ਅੱਛਾ ਮੈਂ ਜਦੋਂ ਟੀਮ ਦੀ ਡਰਾਫਟਿੰਗ ਹੁੰਦੀ ਪਈ ਸੀਗੀ ਉਹ ਮੇਰੇ ਕੋਲ ਆਇਆ ਕਹਿੰਦਾ ਜਨਾਬ ਸਾਡਾ ਸ਼ਰੀਕਾ ਬਰਾਦਰੀ ਹੈ ਤੁਸੀਂ ਮੈਨੂੰ ਚਾਂਸ ਦਿਓ ਮੈਂ ਇਹਨਾਂ ਦੇ ਛੱਕੇ ਛੁੜਾ ਦਾਂਗਾ ਅੱਛਾ ਪਰ ਉਸ ਨਾਰਾਇਣ ਨੇ ਮੈਨੂੰ ਕਿਸੇ ਜੋਗਾ ਨਹੀਂ ਰਹਿਣ ਦਿੱਤਾ ਮਤਲਬ ਉਹ ਹਾਲ ਫਿਰ ਤੁਹਾਡੇ ਸਾਹਮਣੇ ਹੀ ਹੈ ਉਹਨੇ ਕਿਹਾ ਜਾ ਰਾਣਾ ਤੇਰਾ ਵੀ ਕੱਖ ਨਾਰਾਇਣ ਬਸ ਇਹੀ ਆਲਮ ਹੈ ਪਹਿਲੇ ਐਡੀਸ਼ਨ 'ਚ ਵੀ ਅਤੇ ਦੂਸਰੇ ਐਡੀਸ਼ਨ 'ਚ ਜਿੱਥੇ ਤੱਕ ਮੈਨੂੰ ਯਾਦ ਆ ਤੁਸੀਂ ਆਪਣੀ ਹਾਰ ਤੋਂ ਮਾਯੂਸ ਹੋ ਕੇ ਬ੍ਰੈਂਡਨ ਮੈਕਲਮ ਨੂੰ ਚਾਂਸ ਦਿੱਤਾ ਸੀ ਉਹਦਾ ਨਿਊਜ਼ੀਲੈਂਡ ਤੇ ਜਿਹੜਾ ਜਿਹਦਾ ਤਾਂਗਾ ਵੀ ਆ ਭਾਈ ਰਾਤੀ ਉਹਦੀ ਸੁਣ ਲਓ ਮੈਨੂੰ ਕਹਿੰਦੇ ਸੀਗੇ ਕਿ ਉਹ ਪੁੱਠੀਆਂ ਸਿੱਧੀਆਂ ਸ਼ਾਟਾਂ ਮਾਰ ਕੇ ਭਾਈ ਬਹੁਤ ਸਾਰਾ ਸਕੋਰ ਕਰ ਲੈਂਦਾ ਮੈਂ ਤੇ ਉਹਨੂੰ ਆਖਿਆ ਕਿ ਕਾਕਾ ਤੂੰ ਕੁਝ ਸਿੱਧੀ ਸ਼ਾਟ ਵੀ ਖੇਲ ਕੋਈ ਮੈਚ ਜਿੱਤਾ ਆਖਰੀ ਓਵਰਾਂ 'ਚ ਤੁਸੀਂ ਦੇਖਿਆ ਹੀ ਹੈ ਉਹ ਜਿਹੜਾ ਸੁਪਰ ਓਵਰ 'ਚ ਮੈਚ ਗਿਆ ਉਹ ਕਿਹੋ ਜਿਹਾ ਉਹਨੇ ਪੇਸ਼ ਕੀਤਾ ਉਹ ਫਿਰ ਤੁਹਾਡੇ 'ਤੇ ਉਹ ਗੱਲ ਫਿੱਟ ਹੁੰਦੀ ਆ ਥੋੜ੍ਹੀ ਸੀ ਖੁਸ਼ੀ ਮਤਲਬ ਕਿ 6 ਓਵਰਾਂ ਹੀ ਤੁਹਾਡੀ ਟੀਮ ਦਾ ਸਕੋਰ 100 ਹੁੰਦਾ ਸੀਗਾ ਉਹ ਮੁਕੱਲਮ ਦੇ ਹੁੰਦੇ ਆ ਉਹ ਜਿਹੜਾ ਇਕੱਲਾ ਹੀ ਭਰਾ ਵਾ ਨਹੀਂ ਉਹਦੇ ਦੋ ਭਰਾ ਵਾ ਇੱਕ ਉਹਦੀ ਮਤੇਰ ਮਾਚੋ ਆ ਦੂਆ ਭਰਾ ਉਹਦਾ ਉਹ ਛੱਡ ਗਏ ਉਹਨੂੰ ਉਹਦੀ ਪਰਫਾਰਮੈਂਸ ਦੇਖ ਕੇ ਉਹਦੀ ਪਰਫਾਰਮੈਂਸ ਦੇਖ ਕੇ ਉਹਦਾ ਬਣਦਾ ਸੀਗਾ ਤੇ ਉਹਦਾ ਤੁਹਾਡਾ ਰਾਣਾ ਸਾਹਿਬ 6 ਓਵਰਾਂ 'ਚ 100 ਹੁੰਦਾ ਸੀਗਾ ਅਗਲੇ 15 ਓਵਰਾਂ ਦੇ ਵਿੱਚ ਤੁਹਾਡਾ ਮਤਲਬ ਕਿ 60 ਸਕੋਰ ਹੁੰਦਾ ਸੀਗਾ ਕਿ 21 ਓਵਰਾਂ ਦਾ ਮੈਚ ਸੀਗਾ ਨਹੀਂ ਜੀ ਪੁੱਟੀਆਂ ਸਿੱਟੀਆਂ ਉਹ ਸ਼ਾਟਾ ਮਾਰ ਕੇ ਕਿਤੇ ਕਿਤੇ ਸਕੋਰ ਕਰ ਲੈਂਦਾ ਸੀਗਾ ਮੈਨੂੰ ਤਾਂ ਉਹ ਵਾਲਾ ਮੈਚ ਨਹੀਂ ਭੁੱਲਦਾ ਜਦੋਂ ਆਖਰੀ ਓਵਰ ਵਿੱਚ ਉਹਨੇ ਕੋਈ ਸਕੋਰ ਕੀਤਾ ਉਹ ਵਾਹਦ ਮੈਚ ਸੀਗਾ ਜਿਹਦੇ ਵਿੱਚ ਮੈਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਉਹ ਵਾਲਾ ਸਟੈਪ ਵੀ ਲਾਇਆ ਬੁਲਵਾਏ ਰਾਣਾ ਸਾਹਿਬ ਬੇਟੀਆਂ ਮੁੱਛਾਂ ਰੱਖ ਕੇ ਮੋਜ਼ਸ ਬੰਦਾ ਝੂਠ ਕਿੱਦਾਂ ਮਾਰ ਸਕਦਾ ਮੁਕੱਲਮ ਐਂਡ ਵਾਲੇ ਓਵਰ ਤਾਂ ਕਿੱਥੇ ਚਲਾ ਗਿਆ ਉਹ ਤਾਂ ਕਦੀ 6 ਤੋਂ ਵੱਧ ਟੱਪਿਆ ਹੀ ਨਹੀਂ ਤੁਸੀਂ ਮੈਚ ਦੀ ਰਿਕਾਰਡਿੰਗ ਦੇਖ ਲਓ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਕਿ ਆਪਣੇ ਖਿਲਾੜੀਆਂ ਦੇ ਪਰਦੇ ਪਾ ਪਾ ਕੇ ਉਹਨਾਂ ਦਾ ਵਕੀਲ ਆਪ ਹੀ ਬਣਿਆ ਵਾ
ਤੇ ਇਸ ਵਜ੍ਹਾ ਤੋਂ ਇਹਨਾਂ ਦੀ ਟੀਮ ਆਈ ਨਹੀਂ ਜਿੱਤਦੀ। ਅੱਛਾ ਤੁਸੀਂ ਅਗਲੇ ਐਡੀਸ਼ਨ 'ਚ ਇੱਕ ਡਿਵਿਲੀਅਰ ਵੀ ਲਿਆ ਸੀਗਾ। ਉਹਦਾ ਕੀ ਗੱਲ ਕਰਨੀ ਉਹਦੇ ਬੰਦੇ ਦੀ, ਉਹ ਜਦੋਂ ਪੁਰ ਹੋ ਗਿਆ ਕ੍ਰਿਕਟ ਖੈਰ ਬਾਤ ਕਹਿਤੀ ਅਤੇ ਸਾਡੇ ਪੱਲੇ ਪੈ ਗਿਆ। ਪਹਿਲੇ ਦਿਨ ਹੀ ਉਹ ਆਇਆ ਅਤੇ ਪਹਿਲੀ ਸੀੜੀ ਤੋਂ ਡਿੱਗ ਪਿਆ, ਸਲਿੱਪ ਹੋ ਗਿਆ, ਉਹਦਾ ਪੱਠਾ ਚੜ੍ਹ ਗਿਆ ਅਤੇ ਦੰਦ ਨਿਕਲ ਗਿਆ। ਬਸ ਜੀ ਇੱਦਾਂ ਹੀ ਹੁੰਦਾ ਜਦੋਂ ਕਿਸਮਤ ਮਾੜੀ ਹੋਵੇ ਅਤੇ ਪਹਿਲੀ ਸੀੜੀ ਤੋਂ ਡਿੱਗਿਆ। ਵੈਸੇ ਆਪਸ ਦੀ ਗੱਲ ਆ, ਉਹ ਉਸ ਸਾਲ ਦੇ ਵਿੱਚ ਤੁਹਾਡੀ ਟੀਮ 'ਚ ਇੰਨੀ ਕੁ ਨੈਸ਼ੀ ਸੀ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਉਹ ਜਿਹੜਾ ਫੀਜਾ ਲਿਆ ਸੀ ਤੁਸੀਂ ਸਰਵੋਦਰ, ਅੱਛਾ ਅੱਛਾ, ਉਹਦਾ ਹੱਥ ਟੁੱਟਾ। ਬਸ ਠੀਕ ਆ। ਇੱਕ ਤੁਸੀਂ ਉਹ ਜ਼ਿੰਬਾਬਵੇ ਦੀ ਲਈ ਸੀਗੀ ਨਸਰੀਨ ਟੇਲਰ, ਉਹਦਾ ਪੱਠਾ ਚੜ੍ਹ ਗਿਆ। ਮੌਲਾ ਲਵੇ ਉਹਨੂੰ। ਰਾਣਾ ਕੋਈ ਮਤਲਬ ਕਿ ਇੰਨੇ ਪੈਸੇ ਖਰਚਦਾ ਵਾ, ਕੋਈ ਫਰੈਸ਼ ਕੋਈ ਟੈਲੈਂਟ ਲੈ ਗਿਆ, ਮਤਲਬ ਕਿ ਜਿੰਨੇ ਐਕਸਪਾਇਰ ਆ ਟੀਮ 'ਚ ਪਾ ਲੈਂਦਾ ਵਾ ਕੀ ਮਤਲਬ। ਨਹੀਂ ਐਤਕੀ ਮੈਂ ਬੋਲਰ ਲੈ ਕੇ ਆਉਂਦੇ, ਐਤਕੀ ਮੈਂ ਸਾਰਾ ਆਪਣਾ ਧਿਆਨ ਬੋਲਰਾਂ 'ਤੇ ਰੱਖਿਆ ਵਾ। ਅੱਛਾ। ਐਤਕੀ ਮੈਂ ਹਾਰਸ ਰਾਊਫ ਲਿਆ ਵਾ, ਉਸਮਾਨ ਚਨਵਾਰੀ ਲਿਆ ਵਾ, ਪਟੇਲ ਮੇਰੇ ਵੱਲੋਂ ਖੇਲਦਾ ਪਿਆ ਵਾ, ਸ਼ਹੀਨ ਸ਼ਾਹ ਫਰੀਦੀ। ਅੱਛਾ। ਪਹਿਲੇ ਸੀਜ਼ਨਾਂ ਵਿੱਚ ਮੇਰੀ ਧੌਣ 'ਤੇ ਰਹੀ ਇੱਥੇ। ਕਿਹੜੀ ਇੱਥੇ ਆ, ਕਿੰਨੇ ਕੁ ਛੱਕੇ ਪਏ ਤੁਹਾਨੂੰ ਕਿ ਇੱਥੇ? ਮੈਨੂੰ ਤਾਂ ਇੰਝ ਲੱਗਦਾ ਸੀਗਾ ਮੈਂ ਜਿਵੇਂ ਗਰਾਊਂਡ 'ਤੇ ਮੈਚ ਦੇਖਣ ਘੱਟ ਅਤੇ ਚਿੜੀਆਂ ਖੇਡਣ ਬਹੁਤਾ ਆਉਂਦਾ ਵਾ। ਐਤਕੀ ਮੈਂ ਰੱਖੀਆਂ ਹੀ, ਅੱਛੇ ਅੱਛੇ ਬੋਲਰ ਲਏ ਆ, ਸ਼ਨਵਾਰੀ ਆ, ਫਰੀਦੀ ਆ, ਸ਼ਹੀਨ ਸ਼ਾਹ ਫਰੀਦੀ, ਉਹ ਲੰਬਾ ਜਿਲ੍ਹਾ ਅਸਮਾਨ ਤੋਂ ਵੀ ਤਾਰੇ ਲਾ ਲੈਂਦਾ। ਨਹੀਂ ਤੁਸੀਂ ਤਾਂ ਦੱਸ ਰਹੇ ਸੀਗੇ ਮੈਂ ਜਦੋਂ ਆਪਣਾ ਕੈਮਰਾ ਬੰਦ ਸੀਗਾ, ਤੁਸੀਂ ਸ਼ਹੀਨ ਸ਼ਾਹ ਦੇ ਬਾਰੇ ਕੋਈ ਗੱਲ ਕਰ ਰਹੇ ਸੀ। ਜਨਾਬ ਉਹ ਐਡੀ ਐਡੀ ਨਸਵਾਰ ਰੱਖਦਾ, ਇੱਕ ਮਹੀਨੇ ਦੀ ਉਹਦੀ ਨਸਵਾਰ ਦਾ ਖਰਚਾ ਪਤਾ ਕਿੰਨਾ ਵਾ? ਕਿੰਨਾ ਜਨਾਬ? 1 ਕਰੋੜ ਦੀ ਤੇ ਉਹ ਕੱਲੀ ਨਸਵਾਰ ਖਾ ਜਾਂਦਾ ਵਾ। 1 ਕਰੋੜ ਦੀ ਨਸਵਾਰ? ਹਾਂਜੀ। ਤੇ ਪੂਰਾ ਪਿੰਡ ਲਾਇਆ ਉਹਨੇ ਆਪਣੇ? ਨਹੀਂ ਜੀ, ਉਹਦੀ ਐਡੀ ਐਡੀ ਢੇਲੀ ਤੇ ਇੱਕ ਰੱਖਦਾ ਵਾ। ਤੇ ਇੱਕ ਹੋਰ ਵੀ ਸੀਗਾ ਆਪਣਾ ਫਖਰ ਜ਼ਮਾਨ, ਉਹ ਚੰਗਾ ਬੈਟ, ਸੋਹਣਾ ਖੇਲਦਾ ਵਾ, ਪਰ ਕਿਸਮਤ ਜਦੋਂ ਸਾਥ ਦੇਵੇ ਕਿਸੇ ਵੇਲੇ ਨਹੀਂ ਦਿੰਦੀ। ਮੇਰੀ ਕਿਸਮਤ ਮਾੜੀ, ਮੇਰੀ ਟੀਮ 'ਤੇ ਆ ਗਿਆ। ਚਲੋ। ਵੈਸੇ ਰਾਣਾ ਸਾਹਿਬ ਤੁਸੀਂ ਪਾਕਿਸਤਾਨ ਨੂੰ ਬਹੁਤ ਅੱਛੇ ਅੱਛੇ ਪਲੇਅਰ ਦਿੱਤੇ ਪਿਛਲੇ ਕੁਛ ਸਾਲਾਂ ਦੇ ਵਿੱਚ, ਅਤੇ ਜਿਹੜਾ ਹਾਰਸ ਰਊਫ ਆ ਨਵਾਂ ਟੈਲੈਂਟ ਆ, ਆਸਟ੍ਰੇਲੀਆ ਵੀ ਖੇਲ ਕੇ ਆਇਆ ਵਾ, ਨਵਾਂ ਟੈਲੈਂਟ ਆ, ਤੁਹਾਨੂੰ ਬਦਦੁਆਵਾਂ ਦਿੰਦਾ ਹੋਣਾ ਵਾ, ਜ਼ਰਾ ਵੀ ਤੁਹਾਨੂੰ ਅੱਛੇ ਲਫਜ਼ਾਂ ਨਾਲ ਯਾਦ ਨਹੀਂ ਕਰਦਾ ਹੋਣਾ, ਕਿਉਂਕਿ ਤੁਹਾਡੇ ਐਸਾ ਨਾਂ ਤੇ ਉਹਦੇ ਉੱਤੇ ਇੰਨੇ ਆ। ਆਕਬ ਜਵੇਦ ਸਾਹਿਬ, ਉਹਨੂੰ ਵੀ ਮਤਲਬ ਕਿ ਉਹ ਝੋਲੀਆਂ ਚੁੱਕ ਚੁੱਕ ਕੇ ਦੁਆਵਾਂ ਦਿੰਦਾ ਹੋਣਾ ਵਾ। ਅੱਲਾ ਜਾਣੇ ਕਿਹੜੀਆਂ ਦੁਆਵਾਂ ਦਿੰਦਾ ਵਾ, ਮੈਂ ਤੇ ਨਹੀਂ ਮੇਰੀ ਜਾਨਾ। ਰਾਣਾ ਸਾਹਿਬ ਉਹ ਹਾਰਸ ਰਊਫ ਤੇ ਤੁਹਾਡਾ ਵਾਹਵਾ ਖਰਚਾ ਹੋਇਆ। ਆਹੋ, ਕੀ ਭਰਤੀ ਪਵਾਤੀ ਉਹਨੂੰ ਤੁਸੀਂ? ਭਰਤੀ ਕਾਹਦੀ ਪਵਾਤੀ, ਉਹਨੇ ਦਿਲੀ ਢਿੱਡ 'ਚ ਭਰਤੀ ਪਾ ਲਈ ਹੈ। ਉਹ ਕਿੱਦਾਂ ਮਰੇ? ਉਹ ਰੋਟੀ ਖਾਣ ਪੈਂਦਾ ਸੀਗਾ 40 ਨਾਂ ਨੂੰ, ਅਤੇ ਉਹਦੇ ਲਾਗੇ ਤਾਕੇ ਕੋਈ ਹੈ ਹੀ ਨਹੀਂ ਸੀਗਾ। ਮੈਨੂੰ ਕਹਿੰਦਾ ਸੀਗਾ ਮੈਂ ਤਾਂ ਆਪਣਾ ਨਾਂ ਗੀਨ ਬੁੱਕ ਵਰਲਡ ਰਿਕਾਰਡ 'ਚ ਲਿਖਾਉਣਾ। ਤੁਸੀਂ ਪਲੇਅਰ ਪਾਲਣ ਦੇ ਆ ਕਿ ਭੁੱਖ ਪਾਲਣ ਦੇ ਆ? ਬਸ ਜੀ ਕੀ ਕਰੀਏ ਦੀ, ਮਾੜੇ ਦਿਨ ਜਦੋਂ ਆ ਜਾਣ। ਹਾਂਜੀ, ਉਦੋਂ ਇੱਦਾਂ ਦੇ ਫਿਰ ਸਕੈਚ ਮਾਰਕੀਟ 'ਚ ਆਉਣ ਲੱਗ ਪੈਂਦੇ ਨਾਜ਼ਰੀਨ। ਆ ਰਾਣਾ ਸਾਹਿਬ ਦੇਖ ਲਓ, ਤੁਸੀਂ 5 ਸਾਲ ਤੋਂ ਇਹੀ ਪੂਥੀ ਵੇਖ ਰਹੇ ਹਾਂ, ਜ਼ਿਆਦਾ ਚੇਂਜ ਨਹੀਂ ਆਇਆ, ਨਾ ਇਹਦੀ ਟੀਮ ਨੇ ਕਦੀ ਜਿੱਤਣਾ ਵਾ। ਉਹ ਆਪਣੀ ਟੀਮ ਦਾ ਨਾਂ ਹੀ ਬਦਲਦਾ ਭਾਈ। ਮੈਂ ਹੁਣ ਕੀ ਪਿਸ਼ੌਰ ਕਲੰਦਰ ਰੱਖ ਲਾਂ? ਜਿਹੜੀ ਟੀਮ ਸਭ ਤੋਂ ਬਹੁਤੀ ਵਾਰੀ ਜਿੱਤੀ ਨਾ, ਉਹਦੇ ਨਾਂ 'ਤੇ ਰੱਖ ਵੇਖ। ਨਹੀਂ ਬਣਦਾ ਨਹੀਂ ਉਹਦੇ ਨਾਂ 'ਤੇ। ਅੱਛਾ, ਮੈਂ ਤੁਹਾਡੇ ਕੋ ਫਾਇਦਾ ਕਰਾਂ, ਦੱਸੋ। ਮੈਂ ਤੁਹਾਡੇ ਕੋਲ ਸਵਾਲ ਪੁੱਛਣ ਲੱਗਾ ਵਾਂ ਕਿ ਤੁਸੀਂ ਨਾ ਆਪਣੇ ਪਲੇਅਰਾਂ ਨੂੰ ਕੀ ਮਤਲਬ ਕਿ ਐਤਕੀ ਲਾਲਚ ਕੋਈ ਚੋਗਾ ਪਾਓ ਕਿ ਤੁਹਾਡੇ ਪਲੇਅਰ ਤੁਹਾਨੂੰ ਪਰਫਾਰਮੈਂਸ ਦੇਣ ਅਤੇ ਲਾਲਚ ਪੈਦਾ ਹੋਵੇ। ਜਿਹਦੇ ਨਾਜ਼ਰੀਨ ਰਾਣਾ ਸਾਹਿਬ ਕੋਲ ਅਸੀਂ ਪੁੱਛਦੇ ਹਾਂ ਕਿ ਰਾਣਾ ਸਾਹਿਬ ਤੁਸੀਂ ਆਪਣੀ ਟੀਮ ਨੂੰ ਕੀ ਤੋਹਫ਼ਾ ਦਿਓਗੇ, ਪਲੇਅਰਾਂ ਨੂੰ ਕੀ ਇਨਾਮ ਦਿਓਗੇ ਜੇ ਉਹਨਾਂ ਦੇ ਪਲੇਅਰ ਅੱਛੇ ਖੇਲਦੇ ਆ? ਰਾਣਾ ਸਾਹਿਬ ਬੜਾ ਜ਼ਰੂਰੀ ਆ ਸਵਾਲ ਦਾ ਜਵਾਬ ਦਿਓ। 1 ਮਿੰਟ, ਐਤਕੀ ਜੇ ਕੋਈ ਪਲੇਅਰ ਚੰਗਾ ਨਾ ਖੇਲਿਆ, ਉਹਦੀ ਧੌਣ ਲਾ ਦਈਏ। ਆਹੋ, ਲੱਤਾਂ ਲਾ ਦੇਣੀਆਂ ਉਹਦੀਆਂ, ਅਗਲੇ ਪਿਛਲੇ ਚੁਕਾ ਲਈਏ ਉਦਾਂ ਦੇ, ਦੇਖਦਾ ਮੈਂ ਕੌਣ। ਰਾਣਾ ਸਾਹਿਬ ਬਦਮਾਸ਼ੀ 'ਤੇ ਉਤਰ ਆਇਓ ਤੁਸੀਂ, ਕੀ ਕਰੀਏ ਭਾਈ, ਬਦਮਾਸ਼ੀ 'ਚ ਨਾ ਉਤਰੀਏ ਅਤੇ ਹੋਰ ਕੀ ਕਰੀਏ। 40 ਮਿਲੀਅਨ ਦੀ ਮੈਂ ਟੀਮ ਖਰੀਦੀ ਆ, ਇੰਨੀ ਇਨਵੈਸਟਮੈਂਟ ਮੈਂ ਕੀਤੀ ਆ, ਮੇਰੀ 32 ਕਰੋੜ ਦੇ ਅਤੇ ਮੇਰੇ ਟੋਟਲ ਅਸਾਸੇ ਆ। ਅੱਛਾ, 40 ਕਰੋੜ ਦੀ ਮੈਂ ਟੀਮ ਲੈ ਬੈਠਾ, ਤੁਸੀਂ ਤਾਂ ਕਰਜ਼ਾਈ ਹੋ ਗਏ ਫਿਰ ਇਸ ਟੀਮ ਦੇ ਨਾਲ ਰਹਿ ਅਤੇ। ਮੈਂ ਵੇਖਿਆ ਵਾ ਇਸ ਸਾਲ, ਮੈਂ ਵੇਖਿਆ ਵਾ ਜਿਹੜੀ ਆ ਤੁਹਾਡੀ ਜਹਾਜ਼ਾਂ ਦੀ ਕੰਪਨੀ ਆ, ਤੁਹਾਡਾ 1 ਜਹਾਜ਼ ਵੀ ਹਵਾ 'ਚ ਨਜ਼ਰ ਨਹੀਂ ਆਇਆ, ਸਾਰਿਆਂ ਨੇ ਗਾੜੀ ਪਾ ਕੇ ਲੋਕਾਂ ਲਾਹ ਰੁਲੇ ਆ। ਬਸੰਤ ਵੀ ਤੁਹਾਡਾ 1 ਜਹਾਜ਼ ਨਹੀਂ ਉੱਡਿਆ, ਦੋਵਾਂ ਅੱਖਾਂ ਵਾਲਾ ਤੁਹਾਡਾ ਅੱਗੇ ਜਹਾਜ਼ ਸਭ ਤੋਂ ਅੱਗੇ ਹੁੰਦਾ ਵਾ, ਕੋਈ ਜਹਾਜ਼ ਨਹੀਂ ਉੱਡਿਆ ਤੁਹਾਡਾ, ਮਤਲਬ ਕਿ ਆ ਗੁੱਡਾ ਏਅਰਵੇਜ਼ ਦਾ। ਨਹੀਂ, ਉਹਦੇ ਨਾਲ ਅਸੀਂ ਜਿਹੜੀ ਦੂਸਰੀ ਕੰਪਨੀ ਸਟਾਰਟ ਕੀਤੀ ਆ, ਉਹਦੇ ਕੁਛ ਸ਼ੇਅਰ ਚੰਗੇ ਸੀਗੇ, ਪਰ ਉਹਦੀ ਵੀ ਹੁਣ ਲੱਗਦਾ ਕਿਸਮਤ ਇਸ ਸਾਲ ਮਾੜੀ ਹੋ ਜਾਣੀ ਆ, ਲੱਗਦਾ ਉਹ ਵੀ ਡੁੱਬ ਜਾਣਾ। ਤੁਹਾਡਾ ਜੀਓ ਨਾ ਕਿੱਧਰ ਲੱਗਾ? ਤੁਹਾਡੀ ਸਾਰੀ ਮਸ਼ਹੂਰੀ ਜੀਓ ਦੇ ਇੰਡੀਆ ਹੁੰਦਾ, ਜੀਓ ਤਾਂ ਬਦਨਾਮ ਹੀ ਬਹੁਤ। ਜੀਓ ਮੇਰੇ ਫੁੱਫੜ ਦਾ ਕਜ਼ਨ ਕਜ਼ਨ ਆ, ਉਹਦੀ ਜਿਹੜੀ ਫੁੱਫੋ ਦੀ ਭਤੀਜੀ ਆ ਨਾ, ਉਹਦਾ ਨਾਂ ਸੀ ਚੌਧਰੀ ਜੀਓ। ਹਾਂ, ਉਹ ਫਿਰ ਜੀਓ 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 ਜੀਓ। ਅੱਛਾ 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 ਅੱਛਾ, ਲੱਗ ਗਈ ਸਮਝ।
ਤੇ ਮੇਰਾ ਸਵਾਲ ਉੱਥੇ ਦਾ ਉੱਥੇ ਹੀ ਆ, ਪਲੇਅਰਾਂ ਨੂੰ ਕੀ ਨਵਾਜ਼ੋਗੇ ਤੁਸੀਂ? ਤਾਂ ਅੱਗੇ ਪਲੇਅਰਾਂ ਨੂੰ ਧਮਕੀ ਦੇ ਦਿੱਤੀ, ਇੱਦਾਂ ਦੇ ਪਲੇਅਰ ਤੁਹਾਡੇ ਡਰ ਜਾਣੇ? ਨਹੀਂ ਜੀ, ਉਹਨਾਂ ਕੋਲ ਡਰਦੇ ਮਾਰੇ ਖੇਲ ਹੀ ਨਹੀਂ ਹੁੰਦਾ। ਉਹ ਕਹਿੰਦੇ ਆ ਕਿ ਰਾਣਾ ਸਾਹਿਬ ਨੇ ਸਾਡੀਆਂ ਲੱਤਾਂ ਬਾਹਾਂ ਲਾ ਦੇਣੀਆਂ ਵਾ, ਸਰਾਣਾ ਜਿਹਾ ਸਾਡਾ ਬਣਾ ਦੇਣਾ ਵਾ, ਉਹ ਡਿਪਰੈਸ਼ਨ 'ਚ ਚੱਲ ਜਾਂਦੇ, ਉਹ ਖੇਲਣਗੇ ਤੁਹਾਡੀ ਧਮਕੀ 'ਤੇ ਗੌਰ ਕਰਨ? ਨਹੀਂ ਜੀ, ਮੈਂ ਉਹਨਾਂ ਨੂੰ ਆਫਰ ਦਿੱਤੀ ਆ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਐਤਕੀ ਚੰਗਾ ਖੇਲੋ, ਤੁਹਾਨੂੰ ਸ਼ਾਹਕੋਟ ਵਾਲੀ ਸੀਮ 'ਤੇ ਲੈ ਕੇ ਜਾ ਕੇ ਨਾ ਤੇ ਪੂਰੇ ਦਿਨ ਤੁਹਾਨੂੰ ਮਜ਼ੇ ਕਰਾਵਾਂਗੇ। ਵਾਹ 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 ਵਾਹ, ਕਿਆ ਬਾਤ! ਹਾਂਜੀ, ਹਾਲਾਂਕਿ ਉੱਥੇ ਦਾ ਵੀਜ਼ਾ ਬੜੀ ਮੁਸ਼ਕਿਲ ਨਾਲ ਲੱਭਦਾ, ਬੰਦੇ ਨੇ ਆਈਟਸ ਵੀ ਕੀਤਾ ਹੋਵੇ ਤਾਂ ਕੋਈ ਮਸਲਾ ਨਹੀਂ। ਇਹੀ ਗੱਲ ਹੈ ਨਾ, ਆਫਰ ਦਿੱਤੀ ਆ ਨਾ, 60 ਰੁਪਏ ਦਾ ਵੀਜ਼ਾ ਲੱਭਦਾ ਵਾ। ਨਹੀਂ, ਭਾਵੇਂ ਖਲੋ ਕੇ ਚੱਲ ਜਾਓ, ਭਾਵੇਂ ਬਹਿ ਕੇ ਚੱਲ ਜਾਓ। ਨਹੀਂ ਭਾਈ, ਮੁਸ਼ਕਿਲ 35 ਰੁਪਈਏ ਲੱਗਦੇ ਆ, ਉਹ 'ਚੋਂ ਵੀ 3 ਕੱਢ ਲਈਏ ਤੇ 150 ਰਹਿ ਜਾਂਦਾ। ਆਹੋ, ਤਕਰੀਬਨ ਇੰਨਾ ਕੁ ਰਹਿ ਜਾਂਦਾ। ਅੱਛਾ, ਮੈਂ ਪਲੇਅਰ ਵਾਈਜ਼ ਨਾਮ ਲੈਣਾ ਵਾ। ਅੱਛਾ ਜੀ, ਸਭ ਤੋਂ ਪਹਿਲੇ ਸ਼ਹੀਨ ਸ਼ਾਹ ਫਰੀਦੀ, ਰਾਣਾ ਸਾਹਿਬ ਤੈਨੂੰ ਕੀ ਦੇਣਗੇ? ਹਾਂਜੀ, ਮੈਂ ਤੈਨੂੰ ਭਾਈ ਕੰਟੇਨਰ ਸਟਾ ਕੇ ਦੇਵਾਂਗਾ ਨਸਵਾਰ ਦਾ। ਗੁਲਖਾਨ ਹੀ ਦਿਖਾਉਂਦਾ ਨਾ ਤੂੰ? ਆਹੋ, ਗੁਲਖਾਨ ਦਾ ਤੂੰ ਯਾਦ ਕਰੇਗਾ, ਐਸੀ ਨਸਵਾਰ ਤੇਰੀ ਮੰਗਵਾਈ ਆ ਅਸੀਂ ਸਰਗੋਧਿਆਂ। ਅਤੇ ਫੀਜੇ ਨੂੰ ਵੀ ਦੱਸ ਦੇ ਕੁਝ ਉਹਦੇ ਵਾਸਤੇ। ਮੈਂ ਤਾਂ ਇਹੀ ਕਹਿੰਦਾ ਕਿ ਉਹਨੂੰ ਦੁੱਧ ਦਹੀਂ ਦੀ ਦੁਕਾਨ ਪਾ ਦਈਏ ਫਰਜ਼ਾਨੇ ਮਦੀਨਾ ਚੌਂਕ 'ਚ। ਬਹੁਤ ਅੱਛੇ ਬਾਈ, 19 ਸਾਲ ਉਹਨੇ ਪਾਕਿਸਤਾਨ ਦੀ ਕ੍ਰਿਕਟ ਦੀ ਖਿਦਮਤ ਕੀਤੀ ਹੈ ਅਤੇ ਹੁਣ ਤੇਰੇ ਵੱਲੋਂ ਨਹੀਂ ਚੱਲਿਆ, ਤੁਹਾਨੂੰ ਦਹੀਂ ਦੁੱਧ ਦਹੀਂ ਦੁਕਾਨ ਪਾ ਦੇ। ਮੈਂਗੋ ਕੀਤੀ ਉਹਨੇ ਖਿਦਮਤ, ਐਤਕੀ ਮੇਰੇ ਟੀਮ ਵੱਲੋਂ ਚੱਲੇ। ਕਿੱਥੇ ਚੱਲੇ? ਬਸ ਕਿਤੇ ਗਰਾਊਂਡ ਬਾਹਰ ਚੱਲੇ। ਹਾਂਜੀ, ਉਹ 2-3 ਮੈਚ ਖੇਲਿਆ ਫਿਰ ਹੱਥ ਤੜਾ ਕੇ ਘਰ ਚੱਲੇ। ਹਾਂਜੀ, ਇੱਦਾਂ ਹੀ ਕਿਤੇ ਚੱਲੇ। ਹਾਂਜੀ, ਨਹੀਂ ਨਹੀਂ ਬਹੁਤ ਅੱਛਾ ਜਾ ਰਿਹਾ ਤੁਹਾਡਾ ਰਾਣਾ ਸਾਹਿਬ। ਅੱਛਾ ਜੀ, ਰਾਣਾ ਸਾਹਿਬ, ਤੁਹਾਨੂੰ ਸਾਡੀ ਆਵਾਮ ਕਦੋਂ ਦਾ ਬਰਦਾਸ਼ਤ ਕਰ ਰਹੀ ਹੈ ਇਸ ਭੈੜੇ ਜਿਹੇ ਮੁੱਛ ਵਾਲੇ ਮੂੰਹ ਨੂੰ? ਠੀਕ ਆ, ਤੇ ਤੁਸੀਂ ਸਾਡੀ ਪਰਸਨੈਲਿਟੀ ਹੈ। ਹਾਂਜੀ, ਪਰਸਨੈਲਿਟੀ ਬਹੁਤ ਅੱਛੀ ਪਰਸਨੈਲਿਟੀ ਹੈ, ਮੈਂ ਸਾਰੀ ਪਰਸਨੈਲਿਟੀ ਖੋਲ ਦਿੱਤੀ ਨਾ ਤੇ ਆਵਾਮ ਨੇ ਪ੍ਰੋਗਰਾਮ ਨਹੀਂ ਦੇਖਣਾ। ਹਾਂਜੀ, ਮੈਂ ਵੇਖ ਲਈ ਤੁਹਾਡੀ ਵੀ ਪਰਸਨੈਲਿਟੀ, ਮਗਰੋਂ ਹੀ ਲੱਥੋ। ਹਾਂਜੀ, ਮੈਨੂੰ ਪਤਾ ਤੁਸੀਂ ਰਾਣਾ ਸਾਹਿਬ ਆ, ਤੁਹਾਡੀਆਂ ਨੀਹਾਂ 'ਚ ਚਮੋਟੇ ਹੁੰਦੇ ਆ, ਮੈਨੂੰ ਪਤਾ, ਮੈਨੂੰ ਪਤਾ। ਆ ਤੁਹਾਡਾ ਡਾਂਸ ਇੰਨਾ ਮਸ਼ਹੂਰ ਹੋਇਆ ਵਾ, ਆ ਜਿਹੜੇ IPL ਦੇ ਵਿੱਚ ਉਹਨਾਂ ਨੇ ਫੋਨ ਕੀਤਾ ਕਿ ਰਾਣਾ ਭੇਜ ਦਿਓ ਚੌਕੇ 'ਤੇ ਨੱਚਣ ਲਈ, ਕੁੜੀ ਨਹੀਂ ਲੱਭਣ ਡਈ ਕੋਈ। ਨਹੀਂ ਭਾਈ, ਮੈਂ ਨਰਗਸ ਬਹੁਤ ਮੁਤਾਸਰ ਹਾਂ। ਜੀ, ਤਾਂ ਰਾਣਾ ਸਾਹਿਬ ਤੁਸੀਂ ਤਾਂ ਵਿਹਲੇ ਹਾਂ, ਅਸੀਂ ਕੰਮ ਕਾਰ ਵੀ ਕਰਨੇ ਹੁੰਦੇ ਆ। ਤੇ ਅੱਛਾ, ਬਹੁਤੀ ਹੁਸ਼ਿਆਰੀ ਨਹੀਂ ਕਰਨੀ, ਜਿੰਨਾ ਤੂੰ ਹਰਿਆ ਵਾ ਨਜ਼ਰਾਂ ਥੱਲੇ ਕਰਕੇ ਮੇਰੇ ਨਾਲ ਗੱਲ ਕਰਨੀ। ਰਾਣਾ ਸਾਹਿਬ, ਜਾਂਦੇ ਜਾਂਦੇ ਸਾਡੀ ਕੌਮ ਨੂੰ ਕੋਈ ਅਹਿਮ ਪੈਗਾਮ? ਪੈਗਾਮ ਮੈਂ ਇਹੀ ਦੇਣਾ ਚਾਹੁੰਦਾ ਕਿ ਐਤਕੀ ਜੇ ਲਾਹੌਰ ਕਲੰਦਰ ਨਾ ਜਿੱਤੀ ਨਾ ਤੇ ਆਵਾਮ ਦਾਨਿਸ਼ ਦੀ ਮੌਤ ਨੂੰ ਭੁੱਲ ਜਾਵੇਗੀ ਤੇ ਮੈਨੂੰ ਯਾਦ ਰੱਖੇ ਜਿੰਨਾ ਮੈਂ ਦੁਖੀ ਹੋਇਆ ਬੈਠਾ ਨਾ। ਰਾਣਾ, ਉਹ ਰਾਣਾ ਸਾਹਿਬ ਇੰਨੇ ਦੁਖੀ ਤੁਸੀਂ? ਮਤਲਬ ਕਿ ਤੇਰੇ ਉਹ ਐਤਕੀ ਨਾ ਜਿੱਤੇ ਹੋ ਯਾਰ, ਤੁਹਾਡੀ ਮਿਹਰਬਾਨੀ ਆ, ਤੇਰੇ ਨਾਲ ਇੱਥੋਂ ਤਾਂ ਜਾਨ ਛੁੱਟੇ, ਇਹਨੂੰ ਵੇਖ ਵੇਖ ਕੇ ਸਾਡੇ ਨਿਆਣੇ ਰੋਣ ਲੱਗ ਪੈਂਦੇ ਟੀਵੀ 'ਤੇ। ਤੁਹਾਡੇ ਵਾਸਤੇ ਵੀ ਇੱਕ ਪੈਗਾਮ ਆ। ਹਾਂਜੀ, ਬਿਸਮਿਲ੍ਲਾ। ਜਦ ਤੂੰ ਬੁਰਾ ਇੰਟਰਵਿਊ ਲੈਣਾ ਨਾ ਰਾਣਾ ਸਾਹਿਬ, ਉਹ ਮਰੇ ਕ੍ਰਿਸ ਗੇਲ ਦਾ ਬੂਟ ਹੁੰਦਾ ਜੀ, ਓਏ ਨਾਰਾਇਣ ਦੀ ਬਨੈਣ ਹੁੰਦੀ, ਓਏ ਹਫੀਜ਼ ਦੀ ਨਿੱਕਰ ਹੁੰਦੀ, ਓਏ ਹੈਂ ਉਹ ਮਰੇ ਰਾਣਾ ਕੀ ਹੋ ਗਿਆ, ਉਹ ਡਿਵਿਲੀਅਰ ਦੀ ਥਾਈ ਹੁੰਦੀ ਹੈ ਰਾਣਾ, ਉਹ ਮਰੇ ਫਖਰ ਦਮਾਨ ਦਾ ਗਾਰਡ ਹੁੰਦਾ ਜੀ, ਓਏ ਰਾਣਾ ਬੇਸ਼ੁਮਾਰ ਹੁੰਦੀ, ਓਏ ਤੇ ਵੀ ਦੁਰ ਫਿਟੇ ਦੀ ਤਾਤਕ ਦਿਨਾ। ਰਾਣਾ ਦਾ ਮੂੰਹ ਵੇਖ ਲਓ, ਉਮਰ ਅਕਮਲ ਗੁਰਬਤ ਤੋਂ ਤੰਗ ਆ ਕੇ ਸੌਂ ਗਿਆ ਹੁੰਦਾ। ਕੀ ਕਰੇ ਕੀ ਕਰੇ, ਕਰਾਲੀ ਨਾ ਮੇਰੇ ਕੋ, ਮੈਨੂੰ ਮੈਂ ਕਿਹਾ ਸੀ ਮੈਨੂੰ ਐਂਕਰ ਰਹਿਣ ਦੇ, ਕੀ ਕਰੀਏ, ਤੂੰ ਤਾਂ ਵਿਹਲਾ ਵਾ ਜੀ, ਤੇ ਨਾਲ ਕਰੀਏ ਜੀ, ਤੁਹਾਡਾ ਪੰਡ ਪਾਉਣਾ ਮੁੱਕਦਾ ਹੀ ਨਹੀਂ ਪਿਆ, ਤੁਹਾਡਾ ਹਾਰ ਪਾਉਣਾ ਨਹੀਂ ਮੁੱਕਦਾ। ਉਹ ਪਾਈ, ਅਸੀਂ ਖੁਦ ਟੀਮ ਲਾਹੌਰ ਕਲੰਦਰ ਨੂੰ ਹਰ ਸਾਲ ਸਪੋਰਟ ਕਰੀਦੀ ਆ, ਮਗਰ ਕੁਦਰਤ ਜਿੱਤੋ ਤਾਂ ਸਹੀ, ਬਿਸਤਰੀ ਕਰਾ ਦਿੰਦੇ ਹੋ ਤੁਸੀਂ, ਜਿੱਦਾਂ ਕਿਸੇ ਮਤਲਬ ਕਿ ਪੈਸੇ ਵੀ ਲਾਉਣੇ ਹੁੰਦੇ। ਕੀ ਕਰੀਏ ਹੁਣ, ਮੈਨੂੰ ਪਤਾ ਤੁਸੀਂ ਚਮੋਟਾ ਵੀ ਹੋਰ ਥੋੜ੍ਹੀ ਦੇਰ ਤੱਕ ਕੱਢ ਲੈਣਾ। ਹਾਂਜੀ ਹਾਂਜੀ ਹਾਂਜੀ, ਜੂਏ 'ਚ ਬਦਵਾ ਦਿੱਤੀ ਹੁੰਦੀ ਉਹ, ਮਤਲਬ ਚੁੱਪ ਕਰ ਜਾ, ਓਏ ਮੈਨੂੰ ਅਮਨ ਆਵਾਮ ਨਾਲ ਗੱਲ ਕਰ ਲੈਂਦੇ, ਸਕੂਨ ਕਰ। ਚਲੋ ਜੀ, ਤੁਸੀਂ ਪੇਸ਼ ਕਰ ਲਓ। ਜੀ, ਤੇ ਨਾਜ਼ਰੀਨ, ਸਾਡੇ ਨਾਲ ਮੌਜੂਦ ਸੀਗੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਟੀਮ ਲਾਹੌਰ ਕਲੰਦਰ ਦੇ ਓਨਰ ਯਾਨੀ ਕਿ ਮਾਲਕ ਬੇਸੁਰਾ ਸਾਹਿਬ। ਠੀਕ ਆ, ਤੁਸੀਂ ਇਹਨਾਂ ਦੀਆਂ ਗੱਲਾਂ ਸੁਣੀਆਂ, ਇਹਨਾਂ ਨੇ ਇੱਕ ਜਾਂਦਿਆਂ ਜਾਂਦਿਆਂ ਆਵਾਮ ਨੂੰ ਪੈਗਾਮ ਵੀ ਦਿੱਤਾ ਵਾ ਕਿ ਲੋਕ ਦਾਨਿਸ਼ ਦੀ ਮੌਤ ਨੂੰ ਭੁੱਲ ਜਾਣਗੇ। ਠੀਕ ਆ, ਲਾਹੌਰ ਕਲੰਦਰ ਵਾਸਤੇ ਦੁਆ ਕਰੋ, ਦਿਲੋਂ ਦੁਆ ਕਰੋ ਝੋਲੀ ਚੁੱਕ ਕੇ ਕਿ ਇਹ ਟੀਮ ਦਾ ਕੋਈ ਬੇੜਾ ਪਾਰ ਹੋ ਜਾਵੇ, ਕੋਈ ਇੱਕ ਅੱਧਾ ਮੈਚ ਮਤਲਬ ਕਿ ਸ਼ੁਰੂ 'ਤੇ ਜਿੱਤ ਜਾਵੇ ਰਾਣਾ, ਸਾਰੇ PSL ਮੌਜਾਂ ਕਰੇ। ਜੀ, ਤੇ ਨਾਜ਼ਰੀਨ, ਇਸ ਦੇ ਨਾਲ ਹੀ ਸਾਨੂੰ ਇਸ ਪ੍ਰੋਗਰਾਮ 'ਚੋਂ ਦੋ ਇਜਾਜ਼ਤ, ਅੱਲਾ ਨਿਹਗਬਾਨ। अगर आपने अभी तक हमारा चैनल सब्सक्राइब नहीं किया है तो फौरन इस सब्सक्राइब के बटन पर क्लिक कर दें और साथ ही बने बेल आइकन पर भी क्लिक कर दें ताकि हमारे चैनल की तरफ से आने वाली तमाम लेटेस्ट अपडेट्स आप तक बर वक्त पहुँच सकें। बहुत शुक्रिया।